कि अपनी जेब दे विचों एक एमपी 90 लाख रुपया खर्च कर सकता। जे कोई एमएलए दी इलेक्शन लड़े जिहड़ियां हुण हो रहियां इहदे विच 30 तों 35 लाख रुपया अपनी जेब दे विचों एक एमएलए खर्च कर सकता। हर गल दा पता तुहानूं जित्तण तों बाद ਇਹ ਲੋਕ ਆਪਣਾ 90 ਲੱਖ ਪੂਰਾ ਕਰਨਗੇ ਕਿ ਜਾਂ ਸਾਡੇ ਕੰਮ ਕਰਨਗੇ। ਐਰਕਾਂ ਅਸੀਂ ਇਲੈਕਸ਼ਨ ਸਿਰਫ ਔਰ ਸਿਰਫ 5 ਲੱਖ ਰੁਪਈਏ ਵਿੱਚ ਇੱਕ MLA ਬਣੇਗਾ। ਕੋਈ ਸਾਨੂੰ ਕਿਸੇ ਬੰਦੇ ਕੋਲੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਨਾ ਕੋਈ ਸ਼ਰਾਬ ਦੀ ਸੋਚੇ, ਨਾ ਕੋਈ ਬੀੜੀ ਸਿਗਰਟ ਦੀ, ਨਾ ਕਿਸੇ ਹੋਰ ਚੀਜ਼ ਦੀ। ਭਾਈ ਸਾਡਾ ਮੁੱਦਾ ਹੈ ਕਿ ਇਲੈਕਸ਼ਨ ਆ ਰਹੀ ਹੈ MLA ਦੀ, ਅਤੇ ਉਸ ਸਿਲਸਿਲੇ ਦੇ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਨੂੰ ਯਾਦ ਕੀਤਾ ਆ। 5 ਸਾਲਾਂ ਦੇ ਵਿੱਚ 1 ਮਹੀਨਾ ਆਉਂਦਾ ਆ ਜਨਤਾ ਦਾ, ਜਦੋਂ ਆਪਣੇ ਕਿਆ ਨਾਮ ਦਿੰਦੇ ਆ ਚੋਣ ਜਾਬਤਾ ਲੱਗ ਜਾਂਦਾ, ਅਤੇ ਅਸੀਂ ਵੀ ਆਪਣੇ ਦਿਲ ਦੀ ਗੱਲ ਕਰਨੀ ਚਾਹੁੰਦੇ ਹਾਂ, ਇਸ ਕਰਕੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਯਾਦ ਕੀਤਾ ਆ ਜੀ। ਪ੍ਰਸ਼ਾਸਨ ਕੋ ਕੀ ਤੁਹਾਡੀ ਪ੍ਰਸ਼ਾਸਨ ਨੂੰ ਤੁਸੀਂ ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਕਿ ਜਨਤਾ ਨੂੰ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ, ਮੋਟਿਵ ਕੀ ਹੈ ਤੁਹਾਡਾ ਅੱਜ ਦਾ ਜੋ ਇਜਲਾਸ ਤੁਸੀਂ ਬੁਲਾਇਆ, ਸਾਨੂੰ ਬਰੀਫ ਦੇ ਵਿੱਚ ਦੱਸੋ। ਪ੍ਰਸ਼ਾਸਨ ਤੇ ਜਿਹੜਾ ਆ ਸਰ ਉਹ ਤੇ ਆ ਸੇਵਾਦਾਰ ਜਨਤਾ ਦਾ, ਪਰ ਉਸ ਦਾ ਜਦ ਉਹ ਸਰਕਾਰਾਂ ਦੇ ਹੱਥ 'ਚ ਆ ਜਾਂਦਾ ਪ੍ਰਸ਼ਾਸਨ, ਤੇ ਉਹਦਾ ਗਲਤ ਇਸਤੇਮਾਲ ਹੁੰਦਾ ਆ ਆਪਣੇ ਸਵਾਰਥ ਲਈ। ਹੁਣ ਦੇਖਿਓ ਚੋਣ ਜਾਬਤਾ ਲੱਗ ਜਾਣਾ, ਦੇਖਿਓ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਵਾਲਿਆਂ ਨੇ ਜੋ ਵੀ ਕਿਸੇ ਦਾ ਨਿਆਂ ਉਹ ਕਰ ਦੇਣਾ, ਤਹਿਸੀਲੇ ਜਾਓ, ਕਚਹਿਰੀਆਂ ਜਾਓ, ਹਸਪਤਾਲ ਜਾਓ। ਇਹ ਜੇ ਹੁਣ ਹੁੰਦਾ ਆ ਤਾਂ ਲਗਾਤਾਰ ਕੰਟੀਨਿਊ ਕਿਉਂ ਨਹੀਂ ਇਹ ਸਾਨੂੰ ਸਹੂਲਤਾਂ ਮਿਲਦੀਆਂ? ਸਾਨੂੰ ਕੰਮ ਕਰਵਾਉਣ ਲਈ ਪੈਸੇ ਦੇਣੇ ਪੈਂਦੇ ਆ, ਥਾਣਿਆਂ 'ਚ ਪੈਸੇ ਦਿੰਦੇ ਹਾਂ, ਤਹਿਸੀਲੇ ਦਿੰਦੇ ਹਾਂ, BDO ਦਫ਼ਤਰੇ ਦਿੰਦੇ ਹਾਂ। ਇਹ ਕਹਿੰਦੇ ਭ੍ਰਿਸ਼ਟਾਚਾਰ ਖਤਮ। ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਚਾਰੇ ਪਾਰਟੀਆਂ ਦੇ ਜਿਹੜੇ ਲੀਡਰ ਆ ਨਾ, ਡਿਸਟ੍ਰਿਕਟ ਗੁਰਦਾਸਪੁਰ ਦੀ ਮੰਗ ਆ ਕਿ ਚਾਰੇ ਪਾਰਟੀਆਂ ਦੇ ਲੀਡਰ ਜਿਹੜੇ ਸੂਬਾ ਪ੍ਰਧਾਨ ਨੇ, BJP, ਕਾਂਗਰਸ, ਅਕਾਲੀ ਦਲ, ਆਮ ਆਦਮੀ, ਇਹ ਕਿਰਪਾ ਕਰਕੇ ਡਿਸਟ੍ਰਿਕਟ ਗੁਰਦਾਸਪੁਰ ਪਹੁੰਚਣ। ਅਸੀਂ ਪੂਰੇ ਆਪਣੇ ਪੰਜਾਬ ਸਾਡਾ ਪਰਿਵਾਰ ਆ ਜੀ, ਵੱਖਰਾ ਕੋਈ ਨਹੀਂ, ਉਹ ਮਤਭੇਦ ਰੱਖਣ ਦੀ ਕੋਈ ਲੋੜ ਨਹੀਂ, ਬੈਠਣ ਸਾਡੇ ਵਿੱਚ, ਜਨਤਾ 'ਚ ਬੈਠਣ। ਮੇਰੇ ਵੀ ਸਵਾਲ ਹੈ, ਹੋਰ ਭੈਣ ਭਰਾਵਾਂ ਦੇ ਵੀ ਸਵਾਲ ਹੈ, ਉਹ ਅਸੀਂ ਉਹਨਾਂ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਹਾਂ ਕਿ ਆਖਿਰਕਾਰ ਗੱਲ ਕੀ ਆ, ਵੀ ਹੁਣ ਤੁਸੀਂ ਵਾਅਦੇ ਵੀ ਕਰੀ ਜਾਣ ਡੇ ਹੋ, ਬਾਅਦ 'ਚ ਪੂਰੇ ਕਿਉਂ ਨਹੀਂ ਹੁੰਦੇ? ਤੁਹਾਡੀਆਂ ਮੁੱਖ ਮੰਗਾਂ ਹੈ ਕੀ ਨੇ? ਸਾਡੀ ਪਹਿਲੀ ਤਾਂ ਮੁੱਖ ਮੰਗ ਇਹ ਆ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰ ਦੇਵਾਂ ਕਿ ਜਦੋਂ MP ਦੀ ਕੋਈ ਵੀ ਇਲੈਕਸ਼ਨ ਬੰਦਾ ਲੜੇ, ਤੁਸੀਂ ਲੜੋ, ਇਹ ਭਾਈ ਸਾਹਿਬ ਲੜਨ, ਇਹ ਲੜਨ, ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਕਿ ਆਪਣੀ ਜੇਬ ਦੇ ਵਿੱਚੋਂ ਇੱਕ MP 90 ਲੱਖ ਰੁਪਈਆ ਖਰਚ ਕਰ ਸਕਦਾ। ਜੇ ਕੋਈ MLA ਦੀ ਇਲੈਕਸ਼ਨ ਲੜੇ ਜਿਹੜੀਆਂ ਹੁਣ ਹੋ ਰਹੀਆਂ ਇਹਦੇ ਵਿੱਚ 30 ਤੋਂ 35 ਲੱਖ ਰੁਪਈਆ ਆਪਣੀ ਜੇਬ ਦੇ ਵਿੱਚੋਂ ਇੱਕ MLA ਖਰਚ ਕਰ ਸਕਦਾ। ਮੈਂ ਨਾ ਭੈਣ ਭਰਾਵਾਂ ਨੂੰ ਇਹ ਦੱਸਣ ਡਿਆ ਵੀ ਤੁਸੀਂ ਵੀ ਸਭ ਕੁਝ ਜਾਣਦੇ ਹੋ, ਤੁਸੀਂ ਘਰ ਚਲਾ ਰਹੇ ਹੋ, ਹਰ ਗੱਲ ਦਾ ਪਤਾ ਤੁਹਾਨੂੰ। ਜਿੱਤਣ ਤੋਂ ਬਾਅਦ ਇਹ ਲੋਕ ਆਪਣਾ 90 ਲੱਖ ਪੂਰਾ ਕਰਨਗੇ ਕਿ ਜਾਂ ਸਾਡੇ ਕੰਮ ਕਰਨਗੇ? ਐਰਕਾਂ ਅਸੀਂ ਇਲੈਕਸ਼ਨ ਸਿਰਫ ਔਰ ਸਿਰਫ 5 ਲੱਖ ਰੁਪਈਏ ਵਿੱਚ ਇੱਕ MLA ਬਣੇਗਾ। ਕੋਈ ਸਾਨੂੰ ਕਿਸੇ ਬੰਦੇ ਕੋਲੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਨਾ ਕੋਈ ਸ਼ਰਾਬ ਦੀ ਸੋਚੇ, ਨਾ ਕੋਈ ਬੀੜੀ ਸਿਗਰਟ ਦੀ, ਨਾ ਕਿਸੇ ਹੋਰ ਚੀਜ਼ ਦੀ, ਨਾ ਪੈਸਿਆਂ ਦੀ। ਅਸੀਂ ਸਾਫ਼ ਸੁਥਰੀ ਸਰਕਾਰ ਲਿਆਉਣੀ ਚਾਹੁੰਦੇ ਹਾਂ ਭਾਜੀ। ਦੂਸਰੀ ਬੇਨਤੀ ਹੈ ਕਿ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਹੋਇਆ ਪਿਆ। ਤੁਸੀਂ ਕਰੋਨਾ ਮਹਾਂਮਾਰੀ ਵਿੱਚ ਵੇਖਿਆ, ਅੱਜ ਵੀ ਉਹੀ ਟਾਈਮ ਚੱਲਣ ਡਿਆ। ਅਸੀਂ ਕਿਉਂ ਨਹੀਂ ਸਰਕਾਰੀ ਹਸਪਤਾਲਾਂ ਨੂੰ ਸਹੀ ਦਰੁਸਤ ਕਰ ਰਹੇ? ਰੱਬ ਨਾ ਕਰੇ ਕੱਲ੍ਹ ਨੂੰ ਫਿਰ ਕੋਈ ਮਹਾਂਮਾਰੀ ਆ ਗਈ ਤਾਂ ਫਿਰ ਅਸੀਂ ਕੀ ਕਰਾਂਗੇ? ਦੂਸਰਾ, ਸਾਡੀਆਂ ਨੇ ਵੇਖੋ ਭਾਅ ਜੀ ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਸਾਡੀਆਂ ਜੇਬ 'ਚੋਂ ਖਰਚ ਹੁੰਦੇ ਆ ਪੈਸੇ, ਕਿਸੇ ਨਾ ਕਿਸੇ ਦੂਜੇ ਚੌਥੇ ਘਰ ਦੇ ਵਿੱਚ ਹਰ ਕਿਸੇ ਕੋਲ ਮੋਟਰਸਾਈਕਲ ਆ, ਕਿਸੇ ਕੋਲ ਗੱਡੀ ਆ, ਕਿਸੇ ਨੇ ਕੋਈ 30,000 40,000 50,000 ਤੱਕ ਵੀ ਗਰੀਬ ਬੰਦੇ ਆਪਣਾ ਟਾਈਮ ਪਾਸ ਕਰਨ ਲਈ ਗੱਡੀਆਂ ਰੱਖੀਆਂ। ਅੱਛਾ, ਉਸ ਗੱਡੀ ਦੀ ਥਰਡ ਪਾਰਟੀ ਦੀ ਇੰਸ਼ੋਰੈਂਸ 4,000 ਰੁਪਈਏ ਦੀ, ਜੇ ਗੱਡੀ ਆਪਣੇ ਨਾਮੇ ਟ੍ਰਾਂਸਫਰ ਕਰਵਾਉਣੀ ਆ ਤਾਂ 6,500 ਰੁਪਈਆ ਖਰਚ। ਸਾਡੇ ਕੋਲ ਭਾਅ ਜੀ ਇੰਨਾ ਖਰਚ ਨਹੀਂ ਕੀਤਾ ਜਾਣ ਡਿਆ, ਘਰ ਪਰਿਵਾਰ ਵੀ ਚਲਾ ਰਹੇ ਹਾਂ। ਉਸ ਤੋਂ ਬਾਅਦ ਜਿਹੜੇ ਡਾਕਟਰ ਅਤੇ ਮਾਸਟਰ ਨੇ, ਇਹਨਾਂ ਦੋਨਾਂ ਦੀ ਜ਼ਰੂਰਤ ਹਰ ਇਨਸਾਨ ਨੂੰ ਪੈਂਦੀ ਆ।
कोई हाथ खड़ा करके कह दे भी इन्हां दी दोनों की जरूरत नहीं पैंदी। डॉक्टर रब का रूप, मास्टर गुरु का रूप। असीं चाहुंदे हां कि डॉक्टर की जिथे रिहायश आ उहदी रिहायश तो वध 25 जां 30 किलोमीटर के उपर ही उहदी ड्यूटी लगाई जाए। ये नहीं कि पठानकोटों डॉक्टर आए तो बटाले आ गए ड्यूटी करे, उन्हें तो उवें ही थक जाना। एक साड़ी जिहड़ी चंगी एजुकेशन आ वो सामने आए, बदलियां वाले पासे ना चलना। सानू ये सारा पता लग गया, जनता नू पता लग गया भी आपो अपनी बदले लेंदे आ, इस चीज़ का गलत इस्तेमाल करते आ। 70% अगर डॉक्टर ते मास्टर रिजल्ट दे जांदे आ ते वैल एंड गुड। दूसरी बेनती है साड़ी पंजाब पुलिस के डी जी पी नू कि सर सच्ची गल दसन डे आ, खास करके ज़्यादातर तुहाडे करके तुहाडे तक मैसेज पहुँचाने लई आही भैण भरावां नू याद कीता आ कि असी जिहड़ी अपनी दिल की गल करनी चाहते हैं ना, असी पुलिस के डर तो नहीं कर पा रहे। जे मान लो भी मैं जिस पार्टी नू वोट पाई वो पार्टी हर गई, दूसरी पार्टी जित गई तो समझो भी मेरा बुरा हाल होना। इन्होंने कहना भी ये उदों गांह करदा, मंत्रियों ने कहना इनू घेर, जां ते मेरे उपर झूठा सच्चा मुकदमा बनाउणगे, जां मैनू दबाउणगे ते जां कहणगे भी मंत्री नेते दी ना कोठी दे अगे जाके लकीरां कढ नक दियां ते तैनू माफ़ कर देवांगे। असीं चाहुंदे आ कि पंजाब पुलिस स्मार्ट पुलिस बने। स्मार्ट पुलिस बनाउण लई पंजाब पुलिस नू बहुत सारा पैसा चाहीदा आ। डी जी पी साहब आप नू बेनती का आप एक बारी अकाउंट नंबर अपना जारी करो। पंजाब दी अज तां असीं 10-15 बैठे हाँ ना, पंजाब दी पूरी आवाम तुहानू खुद कहेगी, कैमरियां राही कहेगी, अखबारां राही कहेगी, तुसीं अपना अकाउंट नंबर जारी करो। असीं 200-500 जो भी साडे कोल सरदा होएगा पंजाब नू निखारन लई, पंजाब नू गुणवान बनाउण लई असीं उस अकाउंट दे विच पैसा जमा करावांगे। असीं अपनी खुशी नाल कह रहे हां, उस पैसे नाल, उस पैसे नाल अगर तुहानू साडी सुरक्षा लई लेटेस्ट हथियारां दी जरूरत आ ते जी सदके खरीदो। गड्डियां दी जरूरत, तुसीं भी 10-20 एंबूलेंसां रखो, मोटरसाइकिल खरीदो। स्मार्ट पुलिस बनाउण लई कंप्यूटर दी भी जरूरत पैनी आ। जितना भी खर्च हुंदा आ तुसीं करो। जब पंजाब की यह ग्राही होनी है लखां ते करोड़ां रुपयां च हो जानी, जे पैसे घट पै जाणगे तो असीं महाराज जी फिर जिन्नी जोगे होवांगे सेवा पावांगे। न्याय मिलना चाहीदा हर इंसान नूं, हर बंदे नूं अपनी जिंदगी जीण दा हक आ। ये प्रकृति दे उत्ते हर बंदा यात्री अपनी यात्रा करन आया, तो किसी का मतलब नहीं है भी किसी के अगे तुसीं टोए पुट के उहदी जिंदगी बर्बाद कर दिओ, झूठे मूठे केस पा के। असी जेब दे भुखे नहीं, यह भी बेनती कर दिए, जेब दे भुखे नहीं। अही आ जितने भी बैठे सब अपनी मेहनत मजदूरी नाल करके खाने वाले किसी अगे हाथ नहीं टटदे। असी अपनी दसा नवा कमाई की किरत दे विचों कह रहे हैं कि पंजाब का अगर सुधार होंदा तो असी पैसे होर देन नू तैयार हाँ। असी लोग सिर्फ और सिर्फ राशन कार्ड, आयुष्मान कार्ड, मिट्टी का तेल, होर क्या आ, हाँ बुढ़ापा पेंशन। ओ यार दुनिया चंद तारिया पहुँच गई, तुम साढ़े ना केड़ियां पुरानियां गल्लां करन डे हो। अज देखो अगर चाइना का बच्चा बिठाया जाए एक पासे तो पंजाब का एक पासे बच्चा बिठाया जाए, साडा बच्चा दो नंबर भी नहीं लै सकता। जापान की तो गल ही बड़ी दूर दी आ, रशिया की गल बड़ी दूर दी आ। 140 करोड़ के लागे असी बंदे, जितने बुद्धिमान लोग हिंदुस्तान की धरती चा दुनिया च किते नहीं। इन्हां दे टैलेंट नूं जागृत किया जाए। बाकी मेरे भैन भरा भी दसन आप इस गल नाल सहमत हो कि नहीं सहमत हो। वोट साडे भाणे जिथे मर्जी जाके कोई पाए, जिहड़ा कोई किसे दा लोड चुकदा जाके वोट पा, साडा वोटां नाल नहीं साडा सिस्टम नाल झगड़ा आ। तुसीं प्रधान जी इन्नी गल कही है कि डी जी पी साहब नूं तुसीं मंग करदे हो जी कि तुसीं एक अकाउंट नंबर जारी करो जी पंजाब सरकार दा वल्लों जी, कि आपां जो भी साडे कोल होएगा उह करांगे। तुसीं इन्नी गल क्यों नहीं कहिंदे कि सरकार करे आ? सर सरकार ने, मैं तुहाडे नाल दसां, सरकार तां करे भी सरकार ने पहला ही दस देना, पता नहीं इन्हां दा 170 करोड़ किन्ने दा बाइटा
60-70% कहिंदे आ भी इह साडियां तनखावां 'च चल जांदा आ। देखो जी जे सरकार कौन आ इस वेले सरकार असी हाँ इन्हां ने नहीं कुछ भी करना पर तुसीं ते मंग ही अपनी कर सकदे हो उन्हां नूं जे उन्हां ने करना हुंदा तां इस तों पहलां भी कर सकदे तुहाडी मंग दे बाद ही कहदे आ। देखो जी जे ते सरकार कर सकदी आ ते वैल एंड गुड ते पंजाब नूं नखारन लई जे सरकार को नहीं आ असीं उदां ते चलाना दे भरदे आ पैसे बच्चा भी साडा घर 'च बीमार पै जांदा असीं अपनी खुशी नाल कह रहे हां भी डायरैक्ट चुको साडे को पैसे सानूं कम चाहीदा आ। ਤੁਸੀਂ ਇਸ ਵਾਰ ਇੱਕ ਮੈਸੇਜ ਦੇ ਰਹੇ ਹੋ ਪੂਰੇ ਪੰਜਾਬ ਦੇ ਆਵਾਮ ਨੂੰ ਕਿ ਸਾਫ਼ ਸੁਥਰੀ ਇਲੈਕਸ਼ਨ ਹੋਵੇ ਜੀ ਸ਼ਰਾਬ ਤੋਂ ਬਿਨਾਂ ਪੈਸੇ ਤੋਂ ਬਿਲਕੁਲ ਮੇਨ ਮੋਟਿਵ 5 ਲੱਖ 'ਚ ਹੋਣੀ ਚਾਹੀਦੀ ਇਲੈਕਸ਼ਨ ਇਹ ਇਲੈਕਸ਼ਨ ਕਰੋੜਾਂ ਰੁਪਇਆਂ 'ਚ ਜਾਂਦੀ ਆ ਸਰ।